15 साल की उम्र मोछ फटेंदा गबरू पहाड़ का इलाका बड़ी रमणीक जगह आंदे उन्हें तीरां दा पत्था मोढ़े उत्ते पा लिया कमान हाथ विच फड़ ली उहदी चाल विच डाढ़ी रवानगी सी उहदियां अखां विच कशिश है कुछ पाउण दी कुछ लभण दी कुछ प्राप्त करन दी। ये पहाड़ां दे इलाके इक जंगल विच जाके वड़ गया। राजपूत परिवार दे नाल इस गबरू दा संबंध सी। ਇਹ ਭਾਲਦਾ ਸੀ ਅੱਜ ਚੰਗਾ ਸ਼ਿਕਾਰ ਖੇਡਿਆ ਜਾਏ ਔਰ ਫਿਰ ਉਸ ਨੂੰ ਆਪਣੇ ਤਰੀਕੇ ਦੇ ਨਾਲ ਵਰਤੋਂ ਵਿੱਚ ਲਿਆਂਦਾ ਜਾਏ। ਜੰਗਲ ਵਿੱਚ ਜਾ ਕੇ ਵੜ ਗਿਆ ਰਵਾਂ ਰਵੀ ਆਂਦੇ ਨੇ ਪੱਥੇ ਵਿੱਚੋਂ ਕੱਢਿਆ ਤੀਰ ਚਾੜਿਆ ਕਮਾਨ ਦੀ ਤੰਦੀ ਦੇ ਉੱਤੇ ਕੀ ਵੇਂਦਾ ਹੈ ਸਾਹਮਣੇ ਇੱਕ ਹਿਰਨੀ ਨਜ਼ਰ ਪਈ ਇਹਨੇ ਕੰਨਾਂ ਤੱਕ ਕਮਾਨ ਦੀ ਤੰਦੀ ਖਿੱਚੀ ਐਨ ਟਕਾ ਕੇ ਸਿਸਤ ਇਹਨੇ ਤੀਰ ਛੱਡਿਆ ਉਹ ਨਿਸ਼ਾਨੇ ਉੱਤੇ ਲੱਗਾ ਆਂਦੇ ਉਸ ਤੀਰ ਦੇ ਵੱਜਣ ਦੇ ਨਾਲ ਉਹ ਸਾਹਮਣੇ ਦੌੜਨ ਵਾਲੀ ਹਿਰਨੀ ਧਰਤੀ ਤੇ ਟੈ ਢੇਰੀ ਹੋ ਕੇ ਡਿੱਗ ਪਈ। ਦਵਾ ਦਵ ਕਮਾਨ ਮੋਢੇ ਉੱਤੇ ਸਾਂਭੀ ਕਮਰ ਕਸੇ ਵਿੱਚੋਂ ਤੇਜ ਖੰਜਰ ਕੱਢਿਆ ਦੌੜ ਕੇ 15 ਸਾਲਾਂ ਦਾ ਮੋਛ ਫਟੇਂਦਾ ਗੱਭਰੂ ਆਂਦੇ ਡਿੱਗੀ ਹੋਈ ਹਿਰਨੀ ਦੇ ਕੋਲਾਂ ਚਲਿਆ। ਬੜੀ ਬੇਰਹਿਮੀ ਦੇ ਨਾਲ ਮਨ ਵਿੱਚ ਕੋਈ ਤਰਸ ਨਹੀਂ ਆਂਦੇ ਹਿਰਨੀ ਦਾ ਪੇਟ ਚਾਕ ਕਰਨ ਵਾਸਤੇ ਇਹਨੇ ਖੰਜਰ ਚਲਾ ਦਿੱਤਾ। ਜਦੋਂ ਪੇਟ ਚੀਰਿਆ ਗਿਆ ਹਿਰਨੀ ਦਾ ਇਤਿਹਾਸ ਦੇ ਪੰਨੇ ਕਹਿੰਦੇ ਐ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ ਚੜ੍ਹਦੀ ਜਵਾਨੀ ਮੁੰਡਾ ਤੀਰ ਮਾਰਨ ਲੱਗੇ ਨੇ ਰਤਾ ਰਹਿਮ ਨਾ ਕੀਤਾ ਪਰ ਜਦੋਂ ਹਿਰਨੀ ਦਾ ਪੇਟ ਪਾੜਿਆ ਉਦੋਂ ਤਰੇਲੀਓ ਤਰੇਲੀ ਪਸੀਨਿਓ ਪਸੀਨੀ ਹੋ ਗਿਆ। ਉਹਦਾ ਕਾਰਨ ਇਹ ਹੈ ਸਾਖੀ ਵਾਲਾ ਕਹਿੰਦਾ ਵੀ ਹਿਰਨੀ ਦੇ ਪੇਟ ਵਿੱਚੋਂ ਤੜਫਦੇ ਹੋਏ ਉਹਦੇ ਬੱਚੇ ਜਦੋਂ ਇਹਨੇ ਢਿੱਡ ਚਾਕ ਕੀਤਾ ਤੇ ਉਹ ਬਾਹਰ ਨਿਕਲ ਆਏ। ਉਹ ਅੱਖਾਂ ਜਿਨ੍ਹਾਂ ਵਿੱਚ ਪਲ ਪਰ ਪਹਿਲਾਂ ਕੋਈ ਰਹਿਮ ਤੇ ਤਰਸ ਨਹੀਂ ਉਹ ਵਿਰਾਗ ਵਿੱਚ ਛਲਾਈਆਂ ਉਹ ਮੁੱਛ ਫਟੇਂਦਾ ਗੱਭਰੂ ਜਿਹਨੇ ਸਾਰੀ ਹਜ਼ਾਤੀ ਕਿਸੇ ਤੇ ਰਹਿਮ ਤੇ ਤਰਸ ਨਾ ਕੀਤਾ ਜਦੋਂ ਅੱਖਾਂ ਦੇ ਸਾਹਮਣੇ ਉਸ ਹਿਰਨੀ ਦੇ ਬੱਚੇ ਤੜਫ ਤੜਫ ਕੇ ਮਰ ਗਏ ਫਿਰ ਇਹਦੇ ਮਨ ਦੇ ਅੰਦਰ ਵਿਰਾਗ ਨੇ ਡਾਢੀ ਛਲ ਕਿਵੇਂ ਮਾਰੀ ਹੈ ਆਓ ਉਸ ਵਕਤ ਦੀਆਂ ਲੈਣਾ ਹੈ। ਕਵੀਸ਼ਰ ਜਥਾ ਇੰਜ ਬਿਆਨ ਕਰ ਰਿਹਾ ਹਿਰਨੀ ਦੇ ਤੀਰ ਵੱਜਾ ਜਾ ਸ਼ਿਕਾਰੀ ਦਾ ਲੰਘ ਗਿਆ ਪੇਟ ਚੀਰ ਕੇ ਵਿਚਾਰੀ ਦਾ ਲੰਘ ਗਿਆ ਪੇਟ ਚੀਰ ਕੇ ਵਿਚਾਰੀ ਦਾ ਮਾਰੀ ਜਾਂ ਝਪਟ ਕਾਲ ਬਾਜੇ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਉਹ ਪੇਟ ਵਿੱਚੋਂ ਬੱਚੇ ਨਿਕਲੇ ਜਿਉਂਦੇ ਸੀ ਸਹਿਕ ਦੇ ਵਿਚਾਰੇ ਦੇ ਵਿਚਾਰੇ ਜੀਬਾਂ ਨੂੰ ਹਲਾਉਂਦੇ ਸੀ ਕਹਿਣਾ ਚਾਹੁੰਦੇ ਜਿੰਦਰਾਂ ਜਾ ਲਾਵੇ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਓ ਹਿਰਨੀ ਦੇ ਬੱਚੇ ਸੈਕ ਸੈਕ ਮਾਰ ਗਏ ਜਨਮਾਂ ਦਾ ਪਾਪੀ ਨੂੰ ਗਿਆਨ ਕਰ ਗਏ ਜਨਮਾਂ ਦਾ ਪਾਪੀ ਨੂੰ ਗਿਆਨ ਕਰ ਗਏ ਅੱਖੀ ਦਿਸ ਪਿਆ ਜਮਰਾਜ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਓ ਪੱਥਰਾਂ ਤੇ ਮਾਰ ਮਾਰ ਤੀਰ ਤੋੜਦੇ ਸੁੱਟਦੀ ਕਮਾਨ ਨਦੀ ਚ ਮਰੋੜ ਕੇ ਸੁੱਟਦੀ ਕਮਾਨ ਨਦੀ ਚ ਮਰੋੜ ਕੇ ਜਗੇ ਵਿਸੇ ਮੌਤ ਦੇ ਚਰਾਗ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਐਸਾ ਲੱਗਾ ਆਣ ਕੇ ਵਰਾਗ ਉਸ ਨੂੰ ਓ ਨੈਣਾ ਵਿੱਚੋਂ ਨੀਰ ਨਾਲੇ ਪਿਆ ਵਹਾਉਂਦਾ ਹੈ
भगत वांग पछताउंदा है, सदने भगत वांग पछताउंदा है। मशहूर ओदी करामात जी, जग च मशहूर ओदी करामात जी। पैरां विच पा के रखदा।